ਸਬੰਧ ਦੇ ਵਿੱਚ ਇਸਦਾ ਸਬੰਧ ਹੈ ਜੋ ਸ਼ੁਰੂ ਹੁੰਦਾ ਹੈ 6 ਜੁਲਾਈ 1887 ਨੂੰ ਇਸ ਦੇ ਪਹਿਲੇ ਦਿਨ ਲੂਈਸ ਕਾਸਟਰ ਨੇ ਉਸ ਨੂੰ ਧੋਣ ਤੋਂ ਬਾਅਦ ਨਾਲ ਦੇ ਤੁਸੀਂ ਜਿਹੜਾ ਵੀ ਹਸਪਤਾਲ ਰਹਿੰਦਾ 2-4 ਘੰਟੇ ਉੱਥੇ
ਵੈਕਸੀਨ ਪ੍ਰੋਵਾਈਡ ਹੁੰਦੀ ਹੈ ਪੰਜਾਬ ਸਰਕਾਰ ਵੱਲੋਂ। ਇਹ ਵੈਕਸੀਨ ਹਰੇਕ ਸਿਵਲ ਹਸਪਤਾਲ ਦੇ ਵਿੱਚ, ਹਰੇਕ CHC ਦੇ ਵਿੱਚ, ਹਰੇਕ ਸਬ ਡਿਵੀਜ਼ਨਲ ਹਸਪਤਾਲ ਦੇ ਵਿੱਚ, ਜਿੱਦਾਂ ਸ਼ੇਰੇ ਵਾਲਾ, ਇਹ ਮੁੰਬਈ ਵਾਲਾ, ਮੁਕਤਸਰ, ਸਾਰੇ ਹਸਪਤਾਲਾਂ ਦੇ ਵਿੱਚ ਹੈ। ਕੋਟਭਾਈ ਲੰਬੀ ਸਾਰੇ ਹਸਪਤਾਲਾਂ ਦੇ ਵਿੱਚ ਹੈ। ਤੁਸੀਂ ਉੱਥੇ ਜਾ ਕੇ ਜਾਗਰੂਕ ਹੋਣਾ ਹੈ। ਉਹਨਾਂ ਕੋਈ ਲੈਟਰ ਨਹੀਂ ਆਉਣੀ, ਅੱਜ ਕੱਲ੍ਹ ਸਾਡੇ ਕੋਲ ਪੇਸ਼ ਬਹੁਤ ਹੁੰਦੇ, ਕੋਈ ਲੈਟਰ ਆ ਜਾਂਦੀ ਪਾ ਕੇ ਆ ਜਾਂਦਾ, ਉਹਦਾ ਕੋਈ ਫਾਇਦਾ ਨਹੀਂ। ਉਹਦਾ ਬਸ ਥੋੜ੍ਹਾ ਜਾ ਕੇ ਮਿਲ ਜਾਣਾ ਉਹਦੇ ਨਾਲ, ਜਾਗਰੂਕ ਚਾਹੁਣ ਦਾ ਕੋਈ ਫਾਇਦਾ ਨਹੀਂ। ਤੁਸੀਂ ਸਾਡੇ ਕੋਲ ਆਓ, ਤੁਹਾਡਾ ਇਲਾਜ ਹੋਵੇਗਾ। ਪੰਜਾਬ ਸਰਕਾਰ ਵੱਲੋਂ ਦੇਖੋ ਫ੍ਰੀ ਵੈਕਸੀਨ ਜੋ ਬਾਹਰ ਕਰਵਾਉਂਦੇ ਆ, ਬਾਹਰ ਕਰਵਾਈਏ ਘੱਟੋ ਘੱਟ 700 ਤੋਂ 26 ਹਜ਼ਾਰ ਤੱਕ ਕੋਈ ਬਸ ਜਾਂਦੀ ਹੈ ਇੱਕ ਬੰਦੇ ਵਾਸਤੇ। ਸਕਦੇ ਹੋ ਜਾਂ ਫਿਰ
ਲੈਟਰਿੰਗ ਕਰ ਦਿੰਦੇ ਨੇ ਕਿਤੇ ਵੀ, ਗੱਲ ਮਾਰਦੇ ਨੇ ਕਿਤੇ ਵੀ, ਉਸ ਚੀਜ਼ ਤੋਂ ਬੰਦਿਆਂ ਦੇ ਵਿੱਚ ਫੈਲ ਸਕਦੀ ਹੈ ਪਾਣੀ ਦੇ ਥਰੂ। ਕਈ ਵਾਰੀ ਆਪਾਂ ਘਰ ਲਈ ਆਪਣਾ ਕੱਪੜਾ ਧੋਤੇ ਵਰਤ ਰਹੇ ਹਾਂ ਤਾਂ ਵੀ ਫੈਲ ਸਕਦੀ ਹੈ, ਇਸ ਤੋਂ ਰੋਗੀ ਵੀ ਆ ਹੋ ਸਕਦੇ ਹੈ। ਕਈ ਪੌੜੀਆਂ ਖਾਲੀ ਹੋਈ ਹੈ, ਹੋ ਸਕਦਾ ਕਿਸੇ ਜਾਨਵਰ ਨੇ ਖਾਦ ਕੀਤਾ ਹੋਵੇ, ਉਸ ਚੀਜ਼ ਨਾਲ ਵੀ ਫੈਲ ਸਕਦੀ ਹੈ। ਤਾਂ ਉਸ ਚੀਜ਼ ਦਾ ਆਪਾਂ ਨੂੰ ਧਿਆਨ ਰੱਖਣਾ ਕਿ ਇਹਨਾਂ ਦੀ ਪਾਪੂਲੇਸ਼ਨ ਕੰਟਰੋਲ ਕਰਨੀ ਹੈ ਤਾਂ ਤੁਹਾਨੂੰ ਪਸ਼ੂ ਪਾਲਣ ਭਾਵ ਅਤੇ ਖੇਤੀਬਾੜੀ ਭਾਵ ਵਾਲੇ ਐਸੇ ਤਰੀਕੇ ਦੱਸੇ ਹੋਏ ਹੈ ਇਹਨਾਂ ਨੂੰ ਪਾਪੂਲੇਸ਼ਨ ਕੰਟਰੋਲ ਕਰਨੀ ਹੈ। ਦੂਸਰਾ ਇਹ ਵੀ ਤੁਹਾਨੂੰ ਦੱਸਣਾ ਹੁੰਦਾ ਹੈ ਕਿ ਸਾਰੇ ਜਣੇ ਨਾਲ ਦੀ ਨਾਲ ਕੰਟਰੋਲ ਕਰੋ, ਖਾਸ ਤੌਰ 'ਤੇ ਨਾਲ ਦੀ ਨਾਲ ਦੱਸੋ ਆ ਕਿ ਵੀ ਸਾਡੇ ਪਰਿਵਾਰ ਦੇ ਵਿੱਚ ਇਹਦੇ ਨਜ਼ਾਰੇ ਦੇ ਰੱਖਣ ਆ ਗਏ। ਉਸ ਤੋਂ ਬਾਅਦ ਰੋਟੀ ਪਾਣੀ ਲਈ ਰੇਡੀਓ ਹੋ ਗਿਆ, ਜੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਕੋਈ ਹੁੰਦਾ ਹੈ ਉਸਦੇ ਨਾਲ ਹੀ ਇੱਕ ਹੋਰ ਗੰਭੀਰ ਬਿਮਾਰੀ ਹੈ ਜਿਸ ਨੂੰ ਅੱਜ ਕੱਲ੍ਹ ਆਪਾਂ ਡਿਸਕਸ਼ਨ ਨਹੀਂ ਕਰਦੇ ਕਿਉਂਕਿ ਇਹ ਬਹੁਤ ਘੱਟ ਗਈ। ਅਸੀਂ ਵੈਕਸੀਨੇਸ਼ਨ ਕਰਦੇ ਸਾਰੇ ਹੋਈ ਹੁੰਦੀ ਹੈ ਅੱਜ ਕੱਲ੍ਹ, ਜਿਹਨੂੰ ਆਪਾਂ ਟੈਟਸ ਦਾ ਕਹਿੰਦੇ, ਭੜਕਦਾ ਰੋਗ ਕਹਿੰਦੇ ਜਿਹਨੂੰ, ਉਹ ਜਿਹੜਾ ਜੀਵ ਹੈ ਉਹ ਸਪੋਰਟਸ ਦੇ ਤੌਰ 'ਤੇ ਜਾਂ ਤਾਂ ਗੋਹੇ ਵਿੱਚ ਹੁੰਦਾ ਜਾਂ ਮਿੱਟੀ ਵਿੱਚ ਹੁੰਦਾ। ਜਦੋਂ ਆਪਾਂ ਮਿੱਟੀ ਨੂੰ ਥੋੜ੍ਹਾ ਪਾਣੀ ਕਰਦੇ ਹਾਂ ਕਈ ਵਾਰੀ ਉਹ ਸਪੋਰ ਆਪਣਾ ਸਾਰੇ ਕੋਈ ਕਿਸੇ ਤਰ੍ਹਾਂ ਦਾ ਲੱਛਣ ਹੋਵੇ ਤੁਸੀਂ ਇਸ ਵੇਲੇ ਕੋਈ ਪੁੱਛੇ
ਤੇ ਆਪਾਂ ਆਲੇ ਦੁਆਲੇ ਦਾ ਵੀ ਉਹਦੇ ਖਿਆਲ ਰੱਖ ਕੇ ਸੰਪੂਰਨ ਸਿਹਤ ਪੰਜਾਬ ਨੂੰ ਵਿਕਸਿਤ ਕਰੀਏ ਅਤੇ ਪੰਜਾਬ ਸਰਕਾਰ ਦੇ ਸਰ ਉਪਰਾਲੇ ਨੂੰ ਸਫਲ ਕਰੀਏ। ਪੰਜਾਬ ਜੀ ਨੂੰ ਧੰਨਵਾਦ।